ਤੁਸੀਂ 4 ਜੂਨ 2022 ਨੂੰ ਬੀਜੇਪੀ 'ਚ ਗਏ ਸੀ, 13 ਅਕਤੂਬਰ 2023 ਨੂੰ ਛੱਡ ਦਿੱਤੀ। 1 ਸਾਲ 4 ਮਹੀਨੇ 9 ਦਿਨ ਬਣਦੇ ਆ ਸਰ, ਇੰਨਾ ਘੱਟ ਵਕਤ ਲਾਉਣਾ ਸੀ, ਫਿਰ ਗਏ ਕਿਉਂ ਸੀ? ਮੈਂ ਸਮਝਦਾ ਕਿ ਬੀਜੇਪੀ 'ਚ ਜਾਣਾ ਮੇਰੀ ਸਭ ਤੋਂ ਵੱਡੀ ਭੁੱਲ ਸੀਗੀ। ਤੁਹਾਨੂੰ ਬੀਜੇਪੀ ਨੇ ਮਾਨ ਸਨਮਾਨ ਨਹੀਂ ਦਿੱਤਾ ਸਰ, ਵਾਈਸ ਪ੍ਰੈਜ਼ੀਡੈਂਟ ਬਣਾਇਆ ਤੁਹਾਨੂੰ? ਜਿਹੜੀ ਬੀਜੇਪੀ ਹੈ ਉਹ ਸਭ ਨੂੰ ਲੈ ਕੇ ਨਾਲ ਨਹੀਂ ਚੱਲਦੀ, ਇਹ ਧੜਿਆਂ 'ਚ, ਗੁੱਟਾਂ 'ਚ ਅਤੇ ਧਰਮਾਂ ਦੀ ਵੰਡ 'ਚ ਵਿਸ਼ਵਾਸ ਕਰਦੀ ਹੈ। ਡਾਕਟਰ ਵੀਰਕਾ, ਚਰਚਾ ਇਸ ਕਰਕੇ ਛਿੜੀ ਹੋਈ ਹੈ, ਕਹਿੰਦੇ ਵੀ ਜਿਹੜੇ ਕਾਂਗਰਸ ਛੱਡ ਕੇ ਹੋਰ ਪਾਰਟੀਆਂ 'ਚ ਗਏ ਹੈ ਉਹ ਇਸ ਲਈ ਚਲੇ ਗਏ, ਕੋਈ ਉਹਨਾਂ 'ਤੇ ਕੋਈ ਕੇਸ ਹੈ, ਕੋਈ ਦਾਗ ਹੈ, ਇਸ ਲਈ ਚਲੇ ਗਏ? ਡਾਕਟਰ ਵੀਰਕਾ 'ਤੇ ਕੋਈ ਦਾਗ ਹੈਗਾ ਰਾਜਨੀਤਿਕ ਕਰੀਅਰ ਦੇ ਵਿੱਚ? ਦਾਗ 'ਤੇ ਚਾਹਣ 'ਤੇ ਵੀ ਹੈ। ਡਾਕਟਰ ਰਾਜ ਕੁਮਾਰ ਵੀਰਕਾ ਦਾ ਬਾਕੀ ਲੀਡਰਾਂ ਨੂੰ ਵਾਪਸ ਲਿਆਉਣ ਵਿੱਚ ਕੋਈ ਰੋਲ ਹੈ ਜਾਂ ਨਹੀਂ? ਕਿ ਮੇਰੇ ਬਹੁਤ ਸਾਰੇ ਹਮਸਫ਼ਰ ਅੱਧੇ ਆ ਚੁੱਕੇ ਆ ਅਤੇ ਆਉਣ ਵਾਲੇ ਕਾਫੀ ਹੈ, ਇਹ ਵੀ ਦੱਸ ਦਿੱਤਾ ਤੁਹਾਨੂੰ। ਤੁਸੀਂ ਪਿਛਲੀ ਇੰਟਰਵਿਊ ਵਿੱਚ ਵੀ ਖੁਲਾਸਾ ਕੀਤਾ ਸੀ ਇੱਕ, ਅਤੇ ਅੱਜ ਫਿਰ ਤੁਸੀਂ ਖੁਲਾਸਾ ਕਰ ਰਹੇ ਹੋ ਹੋਰ ਵਾਪਸ ਹੋਣੇ? ਆ ਜਾਣੇ ਜੀ ਜਲਦੀ, 2-4 ਦਿਨਾਂ 'ਚ ਆ ਜਾਣਗੇ। ਹੋਰ ਨਾਮ ਦੱਸ ਦਿਓਗੇ? ਡਾਕਟਰ ਵੀਰਕਾ ਨੇ ਵਿਧਾਨ ਸਭਾ ਚੋਣਾਂ ਹੀ ਲੜਨੀਆਂ, ਲੋਕ ਸਭਾ ਚੋਣਾਂ ਨਹੀਂ ਲੜਨੀਆਂ? ਮੈਨੂੰ ਜੇ ਮੇਰੀ ਪਾਰਟੀ ਕਹੇਗੀ ਪਾਰਲੀਮੈਂਟ ਲੜਨੀ ਹੈ ਤਾਂ ਮੈਂ ਲੜੂੰਗਾ। ਤੁਸੀਂ ਕੈਪਟਨ ਸਾਹਿਬ ਦੇ ਬੜੇ ਨੇੜੇ ਰਹੇ ਹੋ ਡਾਕਟਰ ਵੀਰਕਾ, ਸੁਨੀਲ ਜਾਖੜ ਹਰਾਂ ਦੀ ਪ੍ਰਧਾਨਗੀ ਦੇ ਵਿੱਚ ਤੁਸੀਂ ਕੰਮ ਕੀਤਾ ਕਾਂਗਰਸ ਵਿੱਚ ਵੀ ਅਤੇ ਬੀਜੇਪੀ ਵਿੱਚ, ਉਹਨਾਂ ਨੇ ਤੁਹਾਨੂੰ ਰੋਕਿਆ ਨਹੀਂ? ਮੈਨੂੰ ਕਿਸੇ ਨੇ ਰੋਕਣ ਦਾ ਜਾਂ ਮੈਂ ਕਿਸੇ ਕੋਲ ਸਲਾਹ ਲੈਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਸੀ। ਜਦੋਂ ਗਲਤੀ ਮੰਨਣ ਲਈ ਤੁਸੀਂ ਦਿੱਲੀ ਹਾਈਕਮਾਨ ਗਏ ਸੀ ਤਾਂ ਕਿਹੜੇ ਕਾਂਗਰਸ ਦੇ ਵੱਡੇ ਲੀਡਰ ਨਾਲ ਤੁਹਾਡੀ ਗੱਲਬਾਤ ਹੋਈ ਹੈ ਫਿਰ ਡਾਕਟਰ ਵੀਰਕਾ ਵਾਪਸ ਆ? ਮੇਰੀ ਰਾਹੁਲ ਗਾਂਧੀ ਜੀ ਨਾਲ ਗੱਲ ਹੋਈ ਸੀ। ਰਾਹੁਲ ਗਾਂਧੀ ਹਰਾਂ ਨੂੰ ਦਿੱਲੀ ਮਿਲੇ ਹੋ ਜਾਂ ਅੰਮ੍ਰਿਤਸਰ ਵੀ ਮਿਲੇ ਹੋ? ਦੋਨੇ ਜਗ੍ਹਾ 'ਤੇ ਮਿਲਿਆ। ਇਹ ਪਹਿਲੀ ਵਾਰੀ ਦੱਸ ਰਹੇ ਹੋ ਤੁਸੀਂ ਅੰਮ੍ਰਿਤਸਰ ਵੀ ਮਿਲੇ ਹੋ? ਬਈ ਰਾਹੁਲ ਜੀ ਇੱਥੇ ਆਏ ਅੰਮ੍ਰਿਤਸਰ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਨਾ, ਉਹਨਾਂ ਨੇ ਮੈਨੂੰ ਆਦੇਸ਼ ਜਾਰੀ ਕਰਤਾ ਕਿ ਤੁਸੀਂ ਆਪਣੇ ਘਰ ਵਾਪਸ ਆਓ। ਸਾਰੀ ਕਾਂਗਰਸ ਕਹਿੰਦੀ ਸੀ ਉਹਨਾਂ ਦੀ ਇਹ ਨਿੱਜੀ ਫੇਰੀ ਹੈ, ਨਿੱਜੀ ਉਹਨਾਂ ਦਾ ਦੌਰਾ ਹੈ ਅਤੇ ਉਹ ਗੁਰੂ ਘਰ ਆਏ ਆ, ਇਸ ਤੋਂ ਇਲਾਵਾ ਕੁਛ ਨਹੀਂ। ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਤੁਹਾਨੂੰ ਵਾਪਸੀ ਦੇ ਆਦੇਸ਼ ਦਿੱਤੇ ਆ? ਇਹ ਮੰਨ ਕੇ ਚੱਲਾਂ ਕਿ ਰਾਹੁਲ ਗਾਂਧੀ ਹਰਾਂ ਨੇ ਅੰਮ੍ਰਿਤਸਰ ਦੌਰੇ ਦੌਰਾਨ ਡਾਕਟਰ ਰਾਜ ਕੁਮਾਰ ਵੀਰਕਾ ਨੂੰ ਕਹਿਤਾ ਤੁਸੀਂ ਵਾਪਸ ਆ ਜਾਓ, ਅਤੇ ਡਾਕਟਰ ਰਾਜ ਕੁਮਾਰ ਵੀਰਕਾ ਰਾਹੁਲ ਗਾਂਧੀ ਦੇ ਸਿਪਾਹੀ ਬਣ ਕੇ ਬਾਕੀਆਂ ਨੂੰ ਵਾਪਸ ਲਿਆ? ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਬਹੁਤ ਵਧੀਆਂ ਅਤੇ ਪੰਜਾਬ ਕਾਂਗਰਸ ਛੱਡ ਕੇ ਗਏ ਭਾਰਤੀ ਜਨਤਾ ਪਾਰਟੀ ਵਿੱਚ ਕਈ ਆਗੂ ਆ ਜਿਹੜੇ ਉਹ ਵਾਪਸ ਆ ਗਏ ਆ। ਉਹਨਾਂ ਵਾਪਸ ਆਏ ਆਗੂਆਂ ਵਿੱਚ ਸਾਬਕਾ ਕੈਬਨਿਟ ਮੰਤਰੀ ਡਾਕਟਰ ਰਾਜ ਕੁਮਾਰ ਵੀਰਕਾ ਦਾ ਨਾਮ ਹੈ ਜਿਹੜਾ ਉਹ ਮੋਹਰੀ ਸਫਾ ਵਿੱਚ ਲਿਆ ਜਾ ਰਿਹਾ ਹੈ। 4 ਵਾਰ ਵਿਧਾਇਕ ਰਹੇ, ਕੈਬਨਿਟ ਮਿਨਿਸਟਰ ਰਹੇ, ਇਸ ਤੋਂ ਇਲਾਵਾ ਹੋਰ ਬੜੇ ਉੱਚ ਅਹੁਦਿਆਂ 'ਤੇ ਜਿਹੜੇ ਜਿਨ੍ਹਾਂ ਨੇ ਕੰਮ ਕੀਤਾ, ਅਤੇ ਪੰਜਾਬ ਦੇ ਹਰਮਨ ਪਿਆਰੇ ਨੇਤਾ ਨੇ ਡਾਕਟਰ ਰਾਜ ਕੁਮਾਰ ਵੀਰਕਾ। ਤੁਹਾਡਾ ਬਹੁਤ ਸਵਾਗਤ ਹੈ ਵੀਰਕਾ ਸਾਹਿਬ। ਬਹੁਤ ਧੰਨਵਾਦ ਤੁਹਾਡਾ ਜੀ KP ਸਾਹਿਬ। ਵੀਰਕਾ ਸਾਹਿਬ, ਤੁਸੀਂ 4 ਜੂਨ 2022 ਨੂੰ ਬੀਜੇਪੀ 'ਚ ਗਏ ਸੀ, 13 ਅਕਤੂਬਰ 2023 ਨੂੰ ਛੱਡ ਦਿੱਤੀ। 1 ਸਾਲ 4 ਮਹੀਨੇ 9 ਦਿਨ ਬਣਦੇ ਆ ਸਰ, ਇੰਨਾ ਘੱਟ ਵਕਤ ਲਾਉਣਾ ਸੀ, ਫਿਰ ਗਏ ਕਿਉਂ ਸੀ? ਮੇਨਲੀ ਗੱਲ ਤਾਂ ਇਹ ਹੈ KP ਜੀ, ਜਿਹਨੂੰ ਕਹਿ ਰਿਹਾ ਕਿ ਕਿਸ ਵਕਤ ਇਨਸਾਨ ਕੋਲੋਂ ਭੁੱਲ ਹੋ ਜਾਂਦੀ ਹੈ। ਮੈਂ ਸਮਝਦਾ ਕਿ ਬੀਜੇਪੀ 'ਚ ਜਾਣਾ ਮੇਰੀ ਸਭ ਤੋਂ ਵੱਡੀ ਭੁੱਲ ਸੀਗੀ, ਔਰ ਇਹ ਮੇਰੇ ਕੋਲੋਂ ਮੈਂ ਮਹਿਸੂਸ ਕਰਦਾ ਗਲਤੀ ਹੋਈ ਹੈ। ਮੈਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨਹੀਂ ਸਮਝ ਸਕਿਆ। ਪੰਜਾਬ ਦਾ ਮਜ਼ਦੂਰ, ਪੰਜਾਬ ਦਾ ਕਿਸਾਨ, ਪੰਜਾਬ ਦਾ ਵਪਾਰੀ, ਪੰਜਾਬ ਦਾ ਇੰਡਸਟਰੀਸਟ, ਪੰਜਾਬ ਦਾ ਕਰਮਚਾਰੀ ਇਹ ਵਾਰ ਵਾਰ ਕਹਿ ਰਿਹਾ ਸੀਗਾ ਕਿ BJP ਦੇ ਉੱਪਰ ਸਾਨੂੰ ਭਰੋਸਾ ਨਹੀਂ ਹੈ, ਲੇਕਿਨ ਕਿਉਂਕਿ BJP ਦੀ ਆਲਾ ਕਮਾਨ ਇਸ ਗੱਲ 'ਤੇ ਭਰੋਸਾ ਦਵਾ ਦੀ ਸੀ, ਔਰ ਮੈਂ ਵੀ ਇਹ ਗੱਲ ਸੋਚਦਾ ਸੀਗਾ ਕਿ ਹਰ ਚੀਜ਼ ਨਹੀਂ ਹੈ ਮੁਰਕਜ਼ਮੇ, ਕੁਛ ਦੇਰ ਉਧਰ ਕੁਛ ਦੇਰ ਉਧਰ, ਦੁਸ਼ਮਨ ਕੋ ਨਾ ਦੇਖੋ ਨਫ਼ਰਤ ਸੇ, ਸ਼ਾਇਦ ਮੁਹੱਬਤ ਕਰ ਬੈਠੇ, ਇਹ ਸੋਚ ਕੇ ਕਿ ਸ਼ਾਇਦ ਸੱਚਮੁੱਚ BJP ਪੰਜਾਬੀਆਂ ਦੇ ਪ੍ਰਤੀ ਸਨੇਹ ਰੱਖੇਗੀ, ਪਿਆਰ ਰੱਖੇਗੀ, ਪੰਜਾਬੀਆਂ ਦਾ ਭਰੋਸਾ ਜਿੱਤੇਗੀ, ਪੰਜਾਬੀ ਭਰੋਸਾ ਕਰ ਲੈਣਗੇ, ਲੇਕਿਨ ਪੰਜਾਬ ਦੇ ਲੋਕਾਂ ਨੇ BJP ਦੇ ਉੱਪਰ ਭਰੋਸਾ ਨਹੀਂ ਕੀਤਾ, ਔਰ ਇਸੇ ਗੱਲ ਦਾ ਕਾਰਨ ਹੋਇਆ ਕਿ ਮੇਰੇ ਸਾਥੀਆਂ ਨੇ ਵਾਰ ਵਾਰ ਮੈਨੂੰ ਹਿਲਾ ਕੇ ਕਿਹਾ ਕਿ ਨਹੀਂ, ਇਹ ਤੁਹਾਡਾ ਫੈਸਲਾ ਗਲਤ ਆ, ਇਹ ਤੁਹਾਡੀ ਭੋਲਾ, ਇਹ ਤੁਹਾਨੂੰ ਵਾਪਸ ਆਉਣਾ ਪਏਗਾ। ਸੋ ਮੈਂ ਲੋਕਾਂ ਦੀ, ਆਪਣੇ ਇਲਾਕੇ ਦੇ
लोगों की आवाज़ को देखते हुए, पंजाब के किसान मजदूर की आवाज़ को देखते हुए मैं ये फैसला लिया है। डॉक्टर वेरका, तुहाडे परिवार ने तुहानू रोकिया सी जो तुसी कांग्रेस छड्डन का फैसला किया सीगा, कि तुहाडे बच्चों ने रोकिया होवे जां परिवार वल्लों किसी ने जोर पाया हो? देखो मेरी फैमिली असी लोग ना बचपन तो कांग्रेस के नाल संबंधित हैंगे हैं और मेरे परिवार के लोग सिर्फ कि मैं फैसला ले चुका सी वो शायद सोचते सी कि शायद ये खुशी वास्ते सानू भी उस तरीके दे नाल सोच लेना चाहिए, लेकिन मैं अल्टीमेटली महसूस किया है कि मेरे को ये मिस्टेक हुई है। डॉक्टर साहब, मैं ना तुहाडे बारे रिसर्च कर रहा सीगा, वैसे तुहाडे बारे रिसर्च करन दी इन्नी जरूरत नहीं हैगी, तुसी ओपन बुक हो डॉक्टर वेरका, पर उत्थे मैं पढ़ रहा सीगा तीन कॉलम लिखे हुए सीगे, एक तुहाडा जन्म लिखा हुआ सी, एक पार्टी लिखी हुई सी, एक मूवी लिखी हुई सी, तो मूवी विच लिखा सी दिल परदेसी हो गया, ये मैनूं सर समझ ना तुहाडे तो दिल परदेसी हो गया डॉक्टर वेरका? देखो मेनली गल तो सिर्फ इन्नी है कि मेरा रंगमंच की दुनिया नाल संबंध रहा है और मैं रंगमंच ते बहुत लंबा समा काम किया है और ये जड़ी मेरी लास्ट पिक्चर सी दिल परदेसी हो गया, ये पंजाबी फिल्म है, पंजाबी मूवी है, जे अक्षय कुमार भी है और ये मूवी जड़ी मेरी लास्ट मूवी हैगी है। उसके बाद क्योंकि जो इंसान पेशे ना इंसाफ ना कर सके तो उन्होंने कोई भी अजिहा पेशे का अपनाना नहीं चाहिए। इस तो इलावा मैं अपने शौक न पूरा करने वास्ते मैं गवाए गवाए चाहे करोना आया चाहे बाबा नानक का लांघे का आया ये सारे के उपर तुम देखिए कि मेरे सोंग जड़े है वो आए हैं और मैं समझना कि ये सोशल मेरा काम है और ये समाज के लोगों की आवाज़ है अपने तरीके ना उठाने की वो मैं उठाता रहा। डॉक्टर वेरका, जो तुहाडे नाल गलबात असीं करदे आ तो बड़े हल्के फुलके अंदाज में तुसीं जवाब देने वाले जाने जाने हो डॉक्टर वेरका, तुहानू बीजेपी ने मान सम्मान नहीं दिता सर, वाइस प्रेजिडेंट बनाया तुहानू, तुसीं मोस्टली कई थावां ते वाइस प्रेजिडेंट रहे हो, प्रेजिडेंट भी रहे हो कई थावां ते, ते बीजेपी ने भी तुहानू मान सम्मान दिता, की गलती की हुई सर, तुहाडे तों की गलती हो गई? गल मेरे मान सम्मान की नहीं है, गल समाज के मान सम्मान की है, गल पंजाब दे लोकां दे मान सम्मान दी है, ये गल देश दे लोग जड़े है वो नहीं चाहते कि गुट्टां च वंडिया जाए पंजाब या देश, धड़ियां च वंडिया जाए, मजमां च वंडिया जाए, फिक्कियां च वंडिया जाए, कितना ना कितने बीजेपी के उपर ये इल्जाम लग रहे थे कि जड़ी बीजेपी है वो सब नू लैके नाल नहीं चलती, ये धड़ियां च गुट्टां च ते धर्मां दी वंड च विश्वास रखती है, यही गल दा कारण है कि मैं महसूस ये किया कि हाँ ये सचमुच लोग जड़े लोग कह रहे हैं ये सच, मैं अपने एक्सपीरियंस तो जो साल सवा साल का समा रहा मैं उन्होंने नाल रहा ये रह के भी मैं देखा कि वह सबनों लैके चलन कितने ना कि नाम कामयाब हुए है और लोगों का विश्वास जितने च ना कामयाब हुए है और इस गल का कारण है कि जो मैं बई ये भुगतान ही नहीं कर सकता, मैं लोगों को इंसाफ ही नहीं दे सकता, मैं लोगों की गलों का जवाब ही नहीं दे सकता, मैं हल्के के लोगों को या पंजाब के लोगों को सैटिस्फाई ही नहीं कर सकता, तो मेरा धर्म बनता है कि अपने पैर मैं पिछे खिंच लव, मैं अपने पैर पिछे खिंचे। तुहाडी कोई शर्तां तहत वापसी हुई है कांग्रेस विच डॉक्टर वेरका? हाँ जी, किसी शर्तां तहत वापसी हुई है तुहाडी कांग्रेस विच? मैं केपी जी आवाज थोड़ी थोड़ी स्लो आ रही है। कोई शर्त रख के तुसी वापस आए हैं कांग्रेस डॉक्टर वेरका? नहीं 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 नहीं, मैं अनकंडीशनल ही आया क्योंकि मैं अपने घर के विच वापस आया है, अपने परिवार च वापस आया है, मेरे परिवार ने मैनू गले लगा लिया, मेरे परिवार ने मैनू अपना लिया। जिस वक्त कल मैं प्रदेश कांग्रेस के दफ्तर च गया सी हजारों की तादाद के विच वर्कर ते मेरे पार्टी के सारे पुराने लीडर सारे लोग मैनू मिले, सारे ने बड़ा प्यार और स्नेह दिखाया और मैं अपने आप को बड़ा स्पैशल महसूस किया कि मैं इन्हां दे विच अज बड़ा स्पैशल है, मेरे वास्ते बड़ा स्पैशल दिन है और मैनू बहुत चंगा लगा। डॉक्टर वेरका, इवें लगता सीगा पिछे तुहाडे मैसेजेस आ रहे सीगे उवें लगता सीगे कि डॉक्टर वेरका हुण अध्यात्मकवादी ज़्यादा हो गए है, तो यानी कि विराग की अवस्था में सानू लगता सी डॉक्टर वेरका चले गए, वो सानू क्यों लगन लग पए सी सर? ਤੁਹਾਡੇ ਮੈਸੇਜ ਇਹੋ ਜਿਹੇ ਆ ਰਹੇ ਸੀਗੇ ਡਾਕਟਰ ਵੇਰਕਾ?
ਇਹ ਤਾਂ ਹੈ, ਇਹ ਗੱਲ ਸੱਚ ਹੈ, ਇਹ ਗੱਲ ਸੱਚ ਹੈ ਕਿ ਮੈਨੂੰ ਮੈਨੂੰ ਗੱਲ ਦੀ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਇੱਧਰ ਜਾਊਂ ਜਾਂ ਉੱਧਰ ਜਾਊਂ, ਬੜੀ ਮੁਸ਼ਕਲ ਮੈਂ ਹੂੰ, ਮੈਂ ਕਿੱਧਰ ਜਾਊਂ। ਇਹ ਗੱਲ ਸੱਚ ਹੈ ਕਿ ਪੀ ਕਿ ਮੈਂ ਕਈ ਦਿਨ ਤੋਂ ਸਰਪੰਚ ਸੀ, ਮੇਰੀ ਕਲਮ ਵੀ ਮੈਨੂੰ ਇਜਾਜ਼ਤ ਨਹੀਂ ਕਈ ਵਾਰੀ ਦਿੰਦੀ ਸੀ ਕਿ ਮੈਂ ਲਿਖਾਂ ਤੇ ਕੀ ਲਿਖਾਂ, ਬੋਲਾਂ ਤੇ ਕੀ ਬੋਲਾਂ। ਲੇਕਿਨ ਮੇਰੇ ਕੋਲ ਜਿੰਨਾ ਮੇਰੀ ਆਦਤ ਹੈ ਸਵੇਰੇ ਰੋਜ਼ ਇੱਕ ਪੇਜ ਲਿਖਣ ਦੀ, ਉਹ ਮੈਂ ਰੋਜ਼ ਲਿਖਦਾ ਹੈ। ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਇਹ ਚੰਗਾ ਸੁਨੇਹਾ ਦੇਣ ਵਾਲਾ, ਸੁੱਖ ਸ਼ਾਂਤੀ ਵਾਲਾ ਸੰਦੇਸ਼ ਜਾਵੇ। ਇਉਂ ਲੱਗਦਾ ਸੀ ਵੀ ਡਾਕਟਰ ਵੇਰਕਾ ਹੁਣ ਦੁਨਿਆਵੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤੋਂ ਦੂਰ ਹੋਣਾ ਚਾਹ ਰਹੇ ਆ, ਸਾਨੂੰ ਇਉਂ ਲੱਗਿਆ ਸੀ। ਬਈ ਉੱਥੇ ਕੁਛ ਹੈ ਹੀ ਨਹੀਂ ਸੀਗਾ, ਮੈਂ ਤੁਹਾਨੂੰ ਸੱਚ ਗੱਲ ਦੱਸਣ ਦਿਆਂ ਕਿ ਭਈ ਬੀਜੇਪੀ ਦੇ ਵਿੱਚ ਕੁਛ ਹੈ ਹੀ ਨਹੀਂ। ਬੀਜੇਪੀ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਸੀਗਾ ਕਰਨ ਨੂੰ ਕੁਛ ਨਹੀਂ ਹੈ। ਇੱਥੇ ਮੈਂ ਕਾਂਗਰਸ ਪਾਰਟੀ 'ਚ ਸੀਗਾ, ਸਵੇਰੇ ਤੜਕੇ ਤਿਆਰ ਹੋਣਾ, ਹਜ਼ਾਰਾਂ ਦੀ ਤਦਾਦ 'ਚ ਲੋਕਾਂ ਨੇ ਮਿਲਣਾ, ਦੋਸਤਾਂ ਨੇ ਮਿਲਣ ਆ ਜਾਣਾ, ਜਾਂ ਮੈਂ ਕਿਸੇ ਜਗ੍ਹਾ ਦੇ ਉੱਪਰ 10ਵੀਂ ਜਗ੍ਹਾ 'ਤੇ ਜਾਣਾ। ਅਤੇ ਉਹਦੇ ਬਾਅਦ ਜ਼ਿੰਦਗੀ 'ਚ ਠਹਿਰਾਵ ਜਿਹਾ ਆ ਗਿਆ, ਜ਼ਿੰਦਗੀ ਰੁਕ ਜੇ ਗਈ ਸੀ। ਸਵੇਰੇ ਤਿਆਰ ਹੋ ਕੇ ਮੈਂ ਸੋਚਣਾ ਕਿ ਅੱਜ ਮੈਂ ਹੁਣ ਜਾਵਾਂਗਾ ਅਤੇ ਜਾਵਾਂ ਕਿੱਥੇ, ਮਿਲਾਂ ਅਤੇ ਮਿਲਾਂ ਕਿੱਥੇ, ਕਿਹਨੂੰ ਮਿਲਾਂ ਜਾ ਕੇ ਅਤੇ ਕਿੱਥੇ ਜਾਵਾਂ। ਇਹ ਗੱਲ ਮੈਂ ਇਹ ਤੁਹਾਨੂੰ ਕਿਹਾ ਕਿ ਮੈਂ ਕਰਾਂ ਅਤੇ ਕਰਾਂ ਕਿ ਇਹ ਕਈ ਚਿਰ ਤੋਂ ਇਹ ਮੇਰੀ ਜ਼ਿੰਦਗੀ ਦੀ ਕਸ਼ਮਕਸ਼ ਸੀਗੀ। ਉਸ ਕਸ਼ਮਕਸ਼ ਦੇ ਵਿੱਚੋਂ ਮੈਂ ਬਾਹਰ ਨਿਕਲ ਕੇ ਬੜਾ ਸਕੂਨ ਮਹਿਸੂਸ ਕੀਤਾ ਹੈ, ਬੜਾ ਅਹਿਸਾਸ ਚੰਗਾ ਲੱਗਾ। ਮੈਂ ਕੁਝ ਦਿਨ ਪਹਿਲਾਂ ਤੁਹਾਨੂੰ ਫੋਨ ਕੀਤਾ ਸੀ ਡਾਕਟਰ ਵੇਰਕਾ, ਮੈਂ ਇਹ ਹਾਂਜੀ ਇੱਥੇ ਵੀ ਗੱਲ ਕਰਨਾ ਚਾਹੁੰਦਾ, ਅਤੇ ਮੈਂ ਤੁਹਾਨੂੰ ਕਿਹਾ ਸੀਗਾ ਮੈਂ ਤੁਹਾਡਾ ਇੰਟਰਵਿਊ ਕਰਨਾ ਚਾਹੁੰਦਾ, ਤੁਸੀਂ ਕਿਹਾ ਵੀ ਹਜੇ ਥੋੜ੍ਹਾ ਇੰਤਜ਼ਾਰ ਕਰੋ, ਇਹ ਇੰਤਜ਼ਾਰ ਇਸੇ ਵਾਸਤੇ ਮੈਨੂੰ ਤੁਸੀਂ ਕਹਿ ਰਹੇ ਸੀ ਕਰ ਲਓ। ਬਿਲਕੁਲ, ਇਹ ਗੱਲ ਸੱਚ ਆ, ਇਹ ਕਿ ਵੀ ਬਿਲਕੁਲ ਸੱਚ ਆਇਆ ਕਿ ਜਿਸ ਵਕਤ ਤੁਹਾਡਾ ਫੋਨ ਆਇਆ ਸੀ, ਮੈਂ ਇਸ ਦੇ ਕਿਸੇ ਫੈਸਲੇ 'ਤੇ ਪਹੁੰਚਣ 'ਤੇ ਆਪਣੇ ਆਪ ਨੂੰ ਪ੍ਰਪੇਅਰ ਕਰ ਰਿਹਾ ਸੀ, ਔਰ ਤਾਂ ਕਿ ਮੈਂ ਕਿਸੇ ਫੈਸਲੇ 'ਤੇ ਪਹੁੰਚ ਜਾਵਾਂ। ਹੁਣ ਮੈਂ ਕਿਸੇ ਫੈਸਲੇ 'ਤੇ ਪਹੁੰਚ ਗਿਆ, ਤੁਹਾਡਾ ਸੰਦੇਸ਼ ਆ ਗਿਆ, ਮੈਂ ਹਾਜ਼ਰ ਹੋ ਗਿਆ। ਚਲੋ, ਇੱਕ ਛੋਟਾ ਜਿਹਾ ਵਕਫਾ ਲੈ ਕੇ ਡਾਕਟਰ ਵੇਰਕਾ ਆ ਰਹੇ ਆ, ਤੁਹਾਡੇ ਕੋਲੋਂ ਬਹੁਤ ਕੁਛ ਅਸੀਂ ਸੁਣਨਾ। ਡਾਕਟਰ ਰਾਜ ਕੁਮਾਰ ਵੇਰਕਾ ਦਲਿਤ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਨਾਮ ਹੈ। ਡਾਕਟਰ ਵੇਰਕਾ ਦੇ ਬਾਰੇ ਇਹ ਮੰਨਿਆ ਜਾਂਦਾ ਕਿ ਇਹ ਜਿਹਦੇ ਨਾਲ ਵੀ ਮਿਲਦੇ ਆ ਅਤੇ ਬਹੁਤ ਮਿਲਾਪੜਾ ਸੁਭਾਅ ਇਹਨਾਂ ਦਾ, ਪਰ ਉਸ ਮਿਲਾਪੜੇ ਸੁਭਾਅ ਦੇ ਵਿਚਾਲੇ ਰਾਜਨੀਤਿਕ ਤੌਰ 'ਤੇ ਡਾਕਟਰ ਵੇਰਕਾ ਅੱਜ ਕਿੱਥੇ ਖੜ੍ਹੇ ਆ, ਅਸੀਂ ਸਵਾਲ ਉਹੀ ਕਰ ਰਹੇ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਰਾਜ ਕੁਮਾਰ ਵੇਰਕਾ, ਸਾਬਕਾ ਕੈਬਨਿਟ ਮੰਤਰੀ ਸਾਡੇ ਨਾਲ ਨੇ। ਡਾਕਟਰ ਵੇਰਕਾ, ਤੁਸੀਂ ਬਹੁਤ ਅਦਾਰਿਆਂ 'ਚ ਕੰਮ ਕੀਤਾ, ਮੈਂ ਤੁਹਾਡੀ ਡਿਟੇਲ ਵੀ ਕੱਢ ਰਿਹਾ ਸੀਗਾ, ਚੇਅਰਮੈਨ ਭਗਵਾਨ ਵਾਲਮੀਕਿ ਫਾਊਂਡੇਸ਼ਨ, ਨੈਸ਼ਨਲ ਕਮਿਸ਼ਨ ਫੋਰ ਐਸਸੀ, ਉੱਥੇ ਵੀ ਤੁਸੀਂ ਵਾਈਸ ਚੇਅਰਮੈਨ ਰਹੇ ਹੋ। ਡਾਕਟਰ ਵੇਰਕਾ, ਤੁਹਾਨੂੰ ਬੜੇ ਅਹੁਦੇ ਮਿਲੇ ਆ, ਮੈਂ ਇੱਕ ਵਾਰੀ ਸ਼ਾਇਦ ਪਹਿਲਾਂ ਵੀ ਸਵਾਲ ਕੀਤਾ ਸੀਗਾ, ਕਦੇ ਦਿਲ ਕਰਦਾ ਕਿ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਦਲਿਤ ਹੋਵੇ, ਮਿਸਟਰ ਚੰਨੀ ਨੂੰ ਬਣਾਇਆ ਗਿਆ ਤੁਹਾਡੀ ਪਾਰਟੀ ਵੱਲੋਂ, ਪਰ ਡਾਕਟਰ ਰਾਜ ਕੁਮਾਰ ਵੇਰਕਾ ਦਾ ਵੀ ਕਿਤੇ ਨਾ ਕਿਤੇ ਦਿਲ ਕਰਦਾ ਹੋਊਗਾ। ਨਹੀਂ, ਇਹ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੀਫ ਮਿਨਿਸਟਰ ਬਣਾ। ਮੇਰਾ ਦਿਲ ਇਹ ਕਰਦਾ ਹੈ ਕਿ ਮੇਰੇ 'ਚ ਜਿੰਨੀ ਹਿੰਮਤ ਹੋਵੇ, ਜਿੰਨੀ ਤਾਕਤ ਹੋਵੇ, ਅਤੇ ਮੇਰੇ ਕੋਲ ਕੋਈ ਪਰੇਸ਼ਾਨ ਨਾ ਜਾਵੇ, ਮੇਰੇ ਕੋਲ ਕੋਈ ਦੁਖੀ ਆਉਂਦਾ ਹੈ ਅਤੇ ਮੈਂ ਉਸਦੀ ਮਦਦ ਕਰ ਸਕਾਂ। ਮੈਂ ਇੰਨੀ ਕੁ ਤਾਕਤ ਮੰਗਦਾ ਕਿ ਮੇਰੇ ਕੋਲ ਕੋਈ ਇਨਸਾਨ ਆਇਆ ਇਹ ਗੱਲ 'ਤੇ ਵਿਸ਼ਵਾਸ ਲੈ ਕੇ ਕਿ ਇੱਥੋਂ ਮੇਰੀ ਮਦਦ ਹੋ ਜਾਏਗੀ ਅਤੇ ਮੈਂ ਮਦਦ ਕਰਨ ਯੋਗਾ ਹੋ ਜਾ, ਮੇਰਾ ਇੰਨਾ ਹੀ ਕਿਤਾਬ। ਡਾਕਟਰ ਵੇਰਕਾ 'ਤੇ ਕੋਈ ਦਾਗ ਹੈਗਾ ਰਾਜਨੀਤਿਕ ਕਰੀਅਰ ਦੇ ਵਿੱਚ? ਦਾਗ ਤੇ ਚਾਂਦ ਤੇ ਵੀ ਹੈ, ਦਾਗ ਤੇ ਗੱਲ ਇਹ ਹੈ ਕਿ ਦਾਗ ਦੀ ਗੱਲ ਨਹੀਂ ਹੈ, ਇਹ ਤੇ ਨਜ਼ਰੀਏ ਦੀ ਗੱਲ ਹੈ ਕਿ ਲੋਕਾਂ ਦਾ ਨਜ਼ਰੀਆ ਮੇਰੇ ਪ੍ਰਤੀ। ਮੇਰਾ ਧੰਨਵਾਦ ਕਰਦਾ ਹੈ ਕਿ ਕਾਲੇ ਮੈਂਡੇ ਕੱਪੜੇ ਅਤੇ ਕਾਲਾ ਮੈਂਡਾ ਭੇਸ, ਐਬਾ ਨਾ ਭਰਿਆ ਮੈਂ ਫਿਰਾਂ ਅਤੇ ਲੋਕ ਕਹਿਣ ਦਰਵੇਸ਼। ਇਹ ਲੋਕ ਦਾ ਮਿਹਰਬਾਨੀ ਹੈ ਕਿ ਉਹਨਾਂ ਨੇ ਮੇਰੀ ਇਹਦੇ ਉੱਪਰ ਕਿਰਪਾ ਰੱਖੀ ਹੈ, ਮੇਰੇ ਇਹਦੇ ਉੱਪਰ ਚੰਗੀ ਨਜ਼ਰ ਰੱਖੀ ਹੈ। ਲੇਕਿਨ ਮੇਰੀ ਵੀ ਕੋਸ਼ਿਸ਼ ਹੋਈ ਹੈ ਕਿ ਮੈਂ ਲੋਕਾਂ ਦੇ ਵਿਸ਼ਵਾਸ ਨੂੰ ਕਿਸੇ ਠੇਸ ਨਾ ਪਹੁੰਚਾਵਾਂ। ਔਰ ਅੱਜ ਵੀ ਮੈਂ ਜਿੰਨੇ ਜੋਗਾ ਹੈਗਾ ਕਿ ਭੀ ਅੱਜ ਵੀ ਤੁਸੀਂ ਚੈੱਕ ਕਰਕੇ ਦੇਖ ਲਓ ਕਿ ਇੰਨਾ ਸਮਾਂ ਮੈਨੂੰ 25 ਸਾਲ ਹੋ ਗਏ ਜਿਹੜੀ ਮੈਂ ਰਾਜਨੀਤੀ ਦੇ ਵਿੱਚ ਹੈ ਔਰ ਐਕਟਿਵ ਰਾਜਨੀਤੀ ਦੇ ਵਿੱਚ ਹਾਂ। ਇਹਨੇ ਸਮੇਂ ਦੇ ਵਿੱਚ ਕੋਈ ਕੌਂਸਲਰ ਬਣ ਜਾਂਦਾ ਹੈ ਅਤੇ ਉਹ ਮਾਣ ਨਹੀਂ ਹੁੰਦਾ। ਇਹਨੇ ਸਮੇਂ ਦੇ ਵਿੱਚ ਮੇਰਾ ਕੋਈ ਹੋਟਲ ਨਹੀਂ ਹੈ ਬਈ, ਮੇਰਾ ਕੋਈ ਕਾਰਖਾਨਾ ਵੀ ਨਹੀਂ ਹੈਗਾ, ਮੇਰੇ ਕੋਲ ਕੋਈ ਐਗਰੀਕਲਚਰ ਜ਼ਮੀਨ ਵੀ ਨਹੀਂ ਹੈਗੀ।
ਤੇ ਮੈਂ ਤਾਂ ਜਿੰਨੇ ਜੋਗਾ ਆ ਲੋਕ ਮੇਰੇ ਵਾਸਤੇ ਆ ਮੈਂ ਲੋਕਾਂ ਵਾਸਤੇ ਮੇਰਾ ਇੰਨਾ ਜੀਵਨ ਹੈ ਜਿਹੜਾ ਸਾਫ਼ ਸੁਥਰਾ ਜੀਵਨ ਜਿਹਨੂੰ ਤੁਸੀਂ ਤੁਸੀਂ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਉਹਦਾ ਜ਼ਿਕਰ ਕੀਤਾ ਸੀਗਾ ਫਰੀਦਾ ਕਾਲੇ ਮੇਡੇ ਕੱਪੜੇ ਕਾਲਾ ਮੇਡਾ ਵੇਸ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਅੰਦਰ ਵੇਸ ਡਟ ਵੇਰਕਾ ਚਰਚਾ ਇਸ ਕਰਕੇ ਛਿੜੀ ਹੋਈ ਹੈ ਕਹਿੰਦੇ ਵੀ ਜਿਹੜੇ ਕਾਂਗਰਸ ਛੱਡ ਕੇ ਹੋਰ ਪਾਰਟੀਆਂ 'ਚ ਗਏ ਹੈ ਉਹ ਇਸ ਲਈ ਚਲੇ ਗਏ ਕੋਈ ਉਹਨਾਂ 'ਤੇ ਕੋਈ ਕੇਸ ਹੈ ਕੋਈ ਦਾਗ ਹੈ ਇਸ ਲਈ ਚਲੇ ਗਏ ਇਹ ਡਾਕਟਰ ਵੇਰਕਾ ਜਦੋਂ ਗਏ ਸੀਗੇ ਤੁਹਾਡੇ ਨਾਲ ਹੋਰ ਵੀ ਆਗੂ ਗਏ ਸੀਗੇ ਉਦੋਂ ਇਹ ਸਵਾਲ ਉੱਠਦਾ ਸੀਗਾ ਵੀ ਡਾਕਟਰ ਵੇਰਕਾ ਕਰਨ ਕੀ ਗਏ ਹੈ ਮੈਨੂੰ ਵੀ ਨਹੀਂ ਪਤਾ ਲੱਗਾ ਕਿ ਮੈਂ ਕਰਨ ਕੀ ਚਲਾ ਗਿਆ ਮੈਂ ਖੁਦ ਵੀ ਸੋਚੀ ਜਾ ਰਿਹਾ ਕਿ ਮੈਂ ਕਰਨ ਕੀ ਗਿਆ ਉਹ ਤੇ ਗਿਆ ਤੇ ਗਿਆ ਕਿਉਂ ਮੈਨੂੰ ਲੱਗਦਾ ਕਿ ਮੈਂ ਕਿਸੇ ਭੁਲੇਖੇ ਦੇ ਵਿੱਚ ਹੀ ਚਲਾ ਗਿਆ ਔਰ ਮੈਂ ਗਲਤੀ ਦੇ ਨਾਲ ਚਲਾ ਗਿਆ ਔਰ ਮੈਂ ਗਲਤੀ ਆਪਣੀ ਸੁਧਾਰ ਕੇ ਵਾਪਸ ਆ ਗਿਆ ਇਹੀ ਕਾਫੀ ਹੈ ਡਾਕਟਰ ਵੇਰਕਾ ਤੁਸੀਂ ਬੀਜੇਪੀ ਦੇ ਹੱਕ ਵਿੱਚ ਬਹੁਤ ਬਿਆਨ ਦਿੱਤੇ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਹੋ ਸਕਦਾ ਪਾਰਟੀ ਵਿੱਚੋਂ ਵੀ ਇੰਟਰਨਲ ਤੁਹਾਡਾ ਕੋਈ ਵਿਰੋਧੀ ਹੋਵੇ ਡਾਕਟਰ ਵੇਰਕਾ ਉਹ ਤੁਹਾਡੇ ਬਿਆਨ ਵਾਇਰਲ ਕਰੂਗਾ ਡਾਕਟਰ ਵੇਰਕਾ ਜਦੋਂ ਡਾਕਟਰ ਵੇਰਕਾ ਨੇ ਚੋਣਾਂ ਲੜਨੀਆਂ ਸਰ ਇਹ ਗੱਲ ਯਾਦ ਰੱਖਿਓ ਡਾਕਟਰ ਵੇਰਕਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੱਲ ਇਹ ਗੱਲ ਤਾਂ ਸਿਰਫ ਇੰਨੀ ਹੈ ਕਿ ਜੇ ਮੈਂ ਉਧਰਲੇ ਪਾਸੇ ਬੀਜੇਪੀ 'ਚ ਸੀਗਾ ਉੱਥੇ ਮੈਂ ਇਮਾਨਦਾਰੀ ਦੇ ਨਾਲ ਸੀਗਾ ਮੈਂ ਬੇਈਮਾਨੀ ਦੇ ਨਾਲ ਨਹੀਂ ਸੀਗਾ ਮੈਂ ਉੱਥੇ ਇਮਾਨਦਾਰੀ ਦੇ ਨਾਲ ਸੀਗਾ ਅਗਰ ਮੈਂ ਉਹਨਾਂ ਦੇ ਕੋਲੋਂ ਵਾਪਸ ਆਇਆ ਆਪਣੇ ਘਰ ਦੇ ਵਿੱਚ ਵਾਪਸ ਆਇਆ ਤਾਂ ਮੈਂ ਇਮਾਨਦਾਰੀ ਦੇ ਨਾਲ ਵਾਪਸ ਆਇਆ ਇਹਦੇ ਵਿੱਚ ਕੋਈ ਕਿਸੇ ਵੀ ਕਿਸਮ ਦੀ ਗੱਲ ਹੈ ਨਹੀਂ ਔਰ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਬਈ ਮੇਰੇ ਮੈਂ ਕਦੀ ਵੀ ਕੋਸ਼ਿਸ਼ ਕਰਦਾ ਹਾਂ ਕਿ ਜਿਹਨੂੰ ਕਹਿੰਦੇ ਆ ਕਿ ਝੂਠ ਫਰੇਬ ਦੀ ਰਾਜਨੀਤੀ ਮੈਂ ਇਸ ਤੋਂ ਪਰੇ ਰਹਿਣ ਦੀ ਕੋਸ਼ਿਸ਼ ਕੀਤੀ ਹੈ ਔਰ ਮੇਰਾ ਜੀਵਨ ਬੜਾ ਸਰਲ ਅਤੇ ਸਿੱਧਾ ਜਿਹਾ ਰਿਹਾ ਹੈ ਔਰ ਅੱਗੇ ਤੋਂ ਵੀ ਰਹੇਗਾ ਔਰ ਮੈਨੂੰ ਲੱਗਦਾ ਹੈ ਕਿ ਮੇਰੀਆਂ ਅਗਰ ਕੋਈ ਭੁੱਲਾਂ ਵੀ ਹੋਣਗੀਆਂ ਤਾਂ ਮੈਨੂੰ ਲੋਕ ਮਾਫ਼ ਕਰ ਦੇਣਗੇ ਤੁਸੀਂ ਕੈਪਟਨ ਸਾਹਿਬ ਦੇ ਬੜੇ ਨੇੜੇ ਰਹੇ ਹੋ ਡਾਕਟਰ ਵੇਰਕਾ ਅਤੇ ਸੁਨੀਲ ਜਾਖੜ ਹਰਾਂ ਦੀ ਪ੍ਰਧਾਨਗੀ ਦੇ ਵਿੱਚ ਤੁਸੀਂ ਕੰਮ ਕੀਤਾ ਕਾਂਗਰਸ ਵਿੱਚ ਵੀ ਅਤੇ ਬੀਜੇਪੀ ਵਿੱਚ ਵੀ ਉਹਨਾਂ ਨੇ ਤੁਹਾਨੂੰ ਰੋਕਿਆ ਨਹੀਂ ਮੈਨੂੰ ਕਿਸੇ ਨੇ ਰੋਕਣ ਦਾ ਜਾਂ ਮੈਂ ਕਿਸੇ ਕੋਲੋਂ ਸਲਾਹ ਲੈਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਮੈਨੂੰ ਇੰਨੀ ਕੁ ਪਰਮਾਤਮਾ ਨੇ ਬੁੱਧੀ ਦਿੱਤੀ ਹੋਈ ਹੈ ਕਿ ਮੌਜੂਦਾ ਹਾਲਾਤ ਨੂੰ ਜਾਂ ਪੰਜਾਬ ਦੇ ਭਵਿੱਖ ਨੂੰ ਜਾਂ ਪੰਜਾਬ ਦੇ ਇੰਟਰਸਟ ਨੂੰ ਮੈਂ ਵਾਚ ਕਰ ਸਕਾਂ ਮੈਂ ਸਮਝ ਸਕਾਂ ਮੇਰੇ ਸਮਾਜ ਨੂੰ ਕਿਸ ਤਰ੍ਹਾਂ ਇਨਸਾਫ਼ ਮਿਲੇਗਾ ਜਾਂ ਕੌਣ ਆਦਮੀ ਮੇਰਾ ਹਮਦਰਦ ਹੈ ਔਰ ਮੇਰੇ ਸਮਾਜ ਦਾ ਕੌਣ ਹਮਦਰਦ ਹੈ ਇਸੇ ਕਰਕੇ ਕਿ ਮੈਂ ਇਹ ਗੱਲ ਦਾ ਫੈਸਲਾ ਲਿਆ ਹੈ ਕਿ ਬਈ ਇੱਥੇ ਜਿਹੜੀ ਕਾਂਗਰਸ ਪਾਰਟੀ ਹੈ ਅਸਲ ਕਾਂਗਰਸ ਪਾਰਟੀ ਹੀ ਗਰੀਬਾਂ ਦੀ ਹਮਦਰਦ ਹੈ ਇਹ ਲੋਕਾਂ ਦੀ ਹਮਦਰਦ ਹੈ ਅਤੇ ਗਰੀਬ ਨਵਾਜ਼ ਜਿਹੜੀ ਹੈ ਪਾਰਟੀ ਹੈ ਅਤੇ ਕਿਤੇ ਨਾ ਕਿਤੇ ਇਹ ਬੀਜੇਪੀ ਨੇ ਜਿੱਥੇ ਜਿਹਨੂੰ ਕਈ ਸਮਝ ਬਾਅਦ ਮੈਂ ਦੇਖ ਕੇ ਚਲਾ ਗਿਆ ਭੁਲੇਖੇ ਦੇ ਨਾਲ ਕਿ ਸ਼ਾਇਦ ਇੱਥੇ ਹੋਰ ਵੀ ਭਲਾ ਹੋ ਸਕਦਾ ਪਰ ਨਹੀਂ ਮੇਰੇ ਕੋਲੋਂ ਗਲਤੀ ਹੋਈ ਸੀ ਉਹ ਤੁਸੀਂ ਗਲਤੀ ਵਾਰ ਵਾਰ ਮੰਨਦੇ ਪਏ ਡਾਕਟਰ ਵੇਰਕਾ ਅਤੇ ਜਦੋਂ ਗਲਤੀ ਮੰਨਣ ਲਈ ਤੁਸੀਂ ਦਿੱਲੀ ਹਾਈਕਮਾਨ ਗਏ ਸੀ ਤਾਂ ਕਿਹੜੇ ਕਾਂਗਰਸ ਦੇ ਵੱਡੇ ਲੀਡਰ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿ ਡਾਕਟਰ ਵੇਰਕਾ ਵਾਪਸ ਆ ਮੇਰੀ ਰਾਹੁਲ ਗਾਂਧੀ ਜੀ ਨਾਲ ਗੱਲ ਹੋਈ ਸੀ ਜਦੋਂ ਮੇਰੀ ਰਾਹੁਲ ਗਾਂਧੀ ਜੀ ਨਾਲ ਗੱਲ ਹੋਈ ਉਦੋਂ ਇਹ ਕੋਈ ਬੰਦੇ ਬਾਕੀ ਦੇ ਨਹੀਂ ਸੀ ਮੈਂ ਇਕੱਲਾ ਹੀ ਸੀਗਾ ਮੈਂ ਰਾਹੁਲ ਗਾਂਧੀ ਜੀ ਨੂੰ ਜਦੋਂ ਮਿਲਿਆ ਅਤੇ ਉਹਨਾਂ ਨੂੰ ਮੈਂ ਕਿਹਾ ਜੀ ਮੈਂ ਤਾਂ ਮੇਰੇ ਕੋਲੋਂ ਭੁੱਲ ਹੋ ਗਈ ਸੀ ਕਹਿੰਦੇ ਨੋ 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 ਕੋਈ ਬਾਤ ਨਹੀਂ ਆਪ ਕੀ ਹਮਨੇ ਛੁੱਟੀ ਕੈਂਸਲ ਕਰ ਦੀ ਹੈ ਆਪਣੀ ਡਿਊਟੀ ਜਾ ਕੇ ਜੁਆਇਨ ਕਰੋ ਤਾਂ ਮੈਂ ਉਹ ਜਿਹੜੀ ਮੇਰੀ ਛੁੱਟੀ ਸੀ ਹਾਈਕਮਾਂਡ ਨੇ ਰੱਦ ਕਰ ਦਿੱਤੀ ਹੈ ਅਤੇ ਵਾਪਸ ਆ ਗਿਆ ਮੈਂ ਜੁਆਇਨ ਕਰ ਲਿਆ ਰਾਹੁਲ ਗਾਂਧੀ ਹਰਾਂ ਨੂੰ ਦਿੱਲੀ ਮਿਲੇ ਹੋ ਜਾਂ ਅੰਮ੍ਰਿਤਸਰ ਵੀ ਮਿਲੇ ਹੋ ਦੋਨੇ ਜਗ੍ਹਾ 'ਤੇ ਮਿਲਿਆ ਇਹ ਪਹਿਲੀ ਵਾਰੀ ਦੱਸ ਰਹੇ ਹੋ ਤੁਸੀਂ ਅੰਮ੍ਰਿਤਸਰ ਵੀ ਮਿਲੇ ਹੋ ਹਾਂ ਮਿਲਿਆ ਜਦੋਂ ਦਰਬਾਰ ਸਾਹਿਬ ਆਏ ਹੋਏ ਸੀ ਉਦੋਂ ਮਿਲੇ ਹੋ ਉਦੋਂ ਮਿਲੇ ਮੁਲਾਕਾਤ ਹੋਈ ਹੈ ਤੁਹਾਡੀ ਉਦੋਂ ਉਹਨਾਂ ਨੇ ਮੈਨੂੰ ਆਦੇਸ਼ ਜਾਰੀ ਕਰ ਦਿੱਤਾ ਉਦੋਂ ਹੀ ਆਦੇਸ਼ ਜਾਰੀ ਹੋਇਆ ਜਦੋਂ ਅੰਮ੍ਰਿਤਸਰ ਸੀ ਉਹ ਦਰਬਾਰ ਸਾਹਿਬ ਕਿਹਾ ਕਿ ਨਹੀਂ ਤੂੰ ਆਪਣੇ ਘਰ ਦੇ ਵਿੱਚ ਵਾਪਸ ਆ ਅੱਛਾ ਨਹੀਂ ਲੱਗਦਾ ਤੂੰ ਬਾਹਰ ਅੰਦਰ ਘੁੰਮਦਾ ਅਤੇ ਵਾਪਸ ਆ ਅਤੇ ਤੈਨੂੰ ਵਾਪਸ ਆਉਣਾ ਪਏਗਾ ਅਤੇ ਮੈਂ ਕਹਿਤਾ ਜੀ ਠੀਕ ਹੈ ਮੈਂ ਵਾਪਸ ਆਵਾਂਗਾ ਔਰ ਮੈਂ ਇਹ ਗੱਲ ਦਾ ਬਿਲਕੁਲ ਪਹਿਲੇ ਤੋਂ ਹੀ ਪ੍ਰਪੇਅਰ ਸੀਗਾ ਔਰ ਮਨ ਵੀ ਬਣਾਇਆ ਹੋਇਆ ਸੀ ਜਿੰਨੇ ਵੀ ਤੁਸੀਂ ਲੀਡਰ ਵਾਪਸ ਆਏ ਹੋ ਇਹ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਦਾ ਨਤੀਜਾ ਨਹੀਂ ਹਾਂ ਇਹ ਨਤੀਜਾ ਹੋ ਸਕਦਾ ਹੈ ਕਿ ਉਸ ਫੇਰੀ ਦਾ ਨਤੀਜਾ ਹੋਏ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹੀ ਹੈ
कि बाकियां दे नाल राहुल जी की गल कोई नहीं हुई, मैनू इहदे बारे कोई जानकारी नहीं है, मेरे नाल राहुल गांधी की गल हुई, यह मैनू जानकारी है। यह मान के चलना कि राहुल गांधी हर ने अमृतसर दौरे दौरान डॉक्टर राजकुमार वेरका कहता तुसी वापस आ जाओ, तो डॉक्टर राजकुमार वेरका राहुल गांधी के सिपाही बन के बाकियां नू वापस ले आए? नहीं, इदां दी नहीं है गल। बाकियां ने भी किसी ना किसी अदर लीडर जिहड़ा आ संपर्क किया सी, या दूसरे लीडर ने इन्हों संपर्क किया होया सीगा, ये भी इस गल सच्ची है। और जे मैं मेरी समझ ठीक है तो मैं लगता है कि प्रताप बाजवा जी ने इन्हों सारे संपर्क किया। डॉक्टर राजकुमार वेरका का बाकी लीडर वापस लियाने में कोई रोल है या नहीं? नहीं, मेरा रोल नहीं है कोई भी। तुसी क्या सीगा होर साथी वापस आनगे, ये किस बेस ते? मैं पता सीगा, सवेरे लग चुका सीगा कि मेरे बहुत सारे हम सफर है, ये मैं बार बार दोहराया सी कि मैं हुण अकेला जा रहा इत्थों, लेकिन मेरे बहुत सारे हम सफर है, ये कह के गया सी। और तुसी देखिया कि मेरे बहुत सारे हम सफर अद्धे आ चुके, अद्धे आने वाले बाकी है, ये भी दस दिता तुहानू मैं। तुसी पिछली इंटरव्यू विच भी खुलासा किया सी एक, ते अज फिर तुसी खुलासा कर रहे हो होर वापस आने आ? आ जाने जी जल्दी, दो चार दिन च आ जाएंगे। होर नाम दस दोगे? मैं तुम्हें दसदा कि जड़े गए वो वापस आने तैयार बैठे है सारे सारे। चलो एक छोटा जा ब्रेक ले रहे हैं मैं, बाकी जरा कोई बड़ा मुड रह जाएगा ना, उन्होंने भी दिल जरा है ना अंदरों, उन्होंने भी लड्डू फुट दे, वो भी चाहते हैं यार असं कि बाहर निकलीए भीड़ चो, लेकिन वो इन्ना ये मगरमच्छ जड़े फस चुके हैं कि इन्हों का निकलना बड़ा मुश्किल है। लेकिन मैं दूसरी कतार के लोगों के बारे मैं जानकारी आ रही है, क्योंकि हूँ वो मेरे संपर्क च है। यानी कि तुम सीधे शब्दों में कह रहे हो कि सीधे शब्दों में तुम ये कह रहे हो डॉक्टर वेरका कि कैप्टन साहब तो मिस्टर जाखंड वापस नहीं आएंगे? मैं गल कह रहा कि उन्होंने अपना फैसला हो सकता है, उन्होंने छड़ के मेरी बाकी सारे ना गल हो रही है, मैं गल ये कह रहा। चलो मैं एक होर छोटा जिहा वक्फा लैके वापस आ रहा डॉक्टर वेरका, तुहाडे तों बहुत सवाल असीं लैणे आ ते वापस आके होर सवाल लवांगे जरूर। एक बार फिर तुहाडा स्वागत करदे हां, डॉक्टर राजकुमार वेरका हरे साडे नाल ने। डॉक्टर राजकुमार वेरका जी, मैं जिहड़ा पहला सवाल कीता सीगा उही सवाल फिर दोबारा कर रहा। साढ़े सूत्र ये दसते पे है कि जिन्ने भी लीडर वापस आ रहे हैं उन्हों की पार्टी नाल कोई इस पद्धर ते गलबात हुई है कि तुहानू आने वाले समय में टिकट दिती जाऊगी जां होर बांदा मान सम्मान दिता जाऊगा इस शर्त ते वापस आए? किसी भी तरह की कोई किसी गल का जिक्र नहीं होया, ना किसी ने डिमांड की ते ना किसी ने लालच दिता, ये दोनों गल्लां बिल्कुल झूठ है, ये कोई आपोज मेल नहीं खांदियां। असलियत यह है कि असी लोग खुद ही तंग हो के जड़े है वो अपने घर वापस मुड़ना चाहते सच गल आ वा, तो असी अपने घर वापस चले गए, हुण अपने घर वापस आए हैं और उस तरीके का मान सम्मान इज्जत उस तरीके दे नाल बहाल हो रही है, ये सब तो बड़ी गल है। तुहानू एक थिन लाइन नहीं लगती गी कि जिहड़े तुहाडे तो पहला पार्टी च बैठे हुए लीडर सीगे वो कहिंदे हुंदे सीगे भी डॉक्टर राजकुमार वेरका तुहानू हजे मौका मिलेगा इंतजार करो, क्योंकि मंत्री वास्ते तुहाडा नाम बहुत बारी प्रपोज किया गया सीगा पर एंड मूमेंट ते जाके तुहानू मंत्रीशिप मिनिस्ट्री नहीं मिलदी सीगी। हुण डॉक्टर राजकुमार वेरका वापस आए है, हुण जिहड़े तुहाडे तो बाद वाले लीडर सी वो कहणगे असी पुराने हां, डॉक्टर वेरका तो हुण आए है हुण सानू मौका दो, फिर इहो जी कोई लाइन नहीं आजूगी विच डॉक्टर वेरका? कोई गल नहीं, कोई गल नहीं, सारे साथी है, असी परिवार के झगड़े परिवार च बह के मका लाँगे और उन्होंने निपट लाँगे, कोई गल नहीं। बहुत सौखे शब्दों में तुसी डॉक्टर वेरका कह दें हो, कदे भी तुसी इस गलते कदे ना प्रवोक हों ना उत्तेजित हों, तुसी बड़े आराम नाल कह रहे हो नबेड़ लाँगे कर लाँगे, इदा इदा का जज्बा तुहाडे कोल किवें आ जाता है डॉक्टर वेरका? अरे कमाल है, परमात्मा को उठ के तुसी देख रहे हो कि मैं 24 घंटे का नमाजी हाँ और मैं तो सबर संतोख ही मंगया है उहदे कोलों, तो मैं सब यही मंगया कि मैनू किसी भी किस्म का दूसरे के हकों के उपर कि मेरे हथ का डाका ना पे और मैं बिल्कुल अपने हक की रोटी खा सका, यही मंगया। तो ये जी सबर है, सबर के नाल शांति मिलती है और यही सब तो वड्डी गल है। डॉक्टर राजकुमार वेरका ने विधानसभा चोणा ही लड़निया, लोकसभा चोणा नहीं लड़निया?
हाँ जी डॉक्टर वेरका ने विधानसभा चोणा ही लड़निया लोक सभा चोणा नहीं लड़निया। नहीं, मैं मैनू जे मेरी पार्टी कहेगी पार्लियामेंट लड़नी है तो मैं लड़ूंगा, इस कोई शक नहीं। किसी ने पूछा सी छपाईया तू लड़ेगा, वो कहिंदा मेरा काम की आ, तो मेरा काम की आ, मेरा काम तो लड़ना ही है ना। जिहड़े भी प्लेटफॉर्म से पार्टी कहेगी, जिस बाउंड्री ते कहेगी, मैं उत्थे लड़ांगा। डॉक्टर वीरके एक सवाल होर भी है पब्लिक डोमेन में, हो सकता थोड़े तक ना पहुँचा हो सवाल है। वो सवाल ये किया जा रहा है, कहिंदे कांग्रेस ने डेपुटेशन से बीजेपी च बंदे आपदे प्लांट किए थे तो हुण वापस आ गए, ये सवाल क्यों किया जा रहा है? पता नहीं, लेकिन मैं समझना कि ये कोरी जिन्हों अफवाह है, ये कोई किसी किस्म की सच्चाई है नहीं है। लेकिन ये है, जे असी गए सा तो अपनी मर्जी दे मिस्टेकन गए सा, जे आए हैं तो भई असी ये एहसास करके आए हैं कि साढ़े को गलती हुई है। तुसीं सर आम आदमी पार्टी क्यों नहीं गए, उन्होंने सरकार है मौजूदा इत्थे। नहीं, असी अपने घर दे विच ही चंगे लगते हैं भाई, अपना परिवार ही सब तो चंगा है। जिन्होंने कहते हैं कि महलों में रहने वाले हमें तेरे दर से क्या, नगरी है अपनी प्यारी हमें ऊंचे दर से क्या। ऊंचे घर वालों का संबंध नहीं है, ये जड़ी साड़ी छोटी मोटी नगरी कांग्रेस पार्टी की है, यही सानू प्यारी है, इसे च वापस आ गया। तुहाडी पार्टी चो ही एक शख्स ने सानू पुछया कि डॉक्टर राजकुमार वेरका दा पक्का है जी वापस कांग्रेस आ रहे हैं, कितने आम आदमी पार्टी तो नहीं जा रहे, तां ये सवाल पूछ रहे हैं। नहीं, मेरा सवाल ही पैदा नहीं होता। मेरा बचपन, मेरा जन्म कांग्रेस पार्टी के विच होया है और मैं कांग्रेस पार्टी के विच ही हमेशा रहा है। और मैं किसी रास्ता कोई भटक गया थोड़े समय लिए, मैं तुम्हें एक गल कही है, लेकिन मैं अपना परिवार नू नहीं भुलिया। मेरा परिवार यही है, अपने परिवार से वापस आया। सर एक ये बड़ा सुधारण है जिहड़े हर कोई गा जांदा बीजेपी तोड़न की कोशिश करती पी, जोड़न की कोशिश नहीं करती पी, इसलिए असी वापस आ गए, जां बीजेपी च असी इसलिए नहीं रहना चाहते। तुसी एक कोई परफेक्ट तुसी लकीर नहीं दसदे पे भी किस कारण तुसी बीजेपी छड्डी है। मैं तुम्हें दसदा पिया है, मेरा बड़ा स्पष्ट जिहा ही अपना ओपीनियन है भाई, बीजेपी नूं पंजाब दा किसान एक्सैप्ट करने लई तैयार नहीं, पंजाब दा मजदूर मनन लई तैयार नहीं, पंजाब दा व्यापारी मनन लई तैयार नहीं, पंजाब दा आम गरीब आदमी इहनूं मनन लई तैयार नहीं। और पंजाब दे अंदर धर्मां मजहबां दे विच फिरका प्रस्ती दी बदबू जिहड़ी है वो लोगों को बीजेपी को आ रही है, लोग विश्वास नहीं कर पा रहे। और इसे गल का कारण होया कि मैनू लोगों ने कहा सारे ने कि भाई सानू बीजेपी से विश्वास नहीं, तेनू अपना विश्वास जड़ा है वो वापस कांग्रेस से प्रकट करना पड़ेगा, और मैं कांग्रेस वापस आ गया। चलो मैं बार बार तो इको सवाल कर रहा, मैं लगता तो भी अजीब लगता पाया होगा डॉक्टर वेरका, पर यह सवाल लोगों की कचहरी से पूछे जा रहे इसलिए मैंने भी पूछने पै रहे हैं। एक छोटा जहा ब्रेक ले लवान डॉक्टर वेरका, मैं आ रहा वापस आखिरी हिस्से में असं होवे तो सवाल होर भी पूछा। एक बार फिर थोड़ा स्वागत करते हैं, तो डॉक्टर राजकुमार वेरका वो साढ़े नाल ने। डॉक्टर वेरका हम थोड़ा नैक्सट प्लान की है सर? मेरा नेक्स्ट प्लान मेरी पार्टी का आदेश, वो हुक्म दी इंतजार करनी, वेट करनी, उन्होंने हुक्म दी पालना करनी। और हुण क्योंकि कारपोरेशन का इलैक्शन सिर के उपर आ गया, मेरे अमृतसर के विच भी इलैक्शन है, मेरी कोशिश है कि अमृतसर के विच कांग्रेस पार्टी दे टारगेट आया कि इत्थे मेयर कांग्रेस का बने, ये वास्ते मैं जी जान के नाल मेहनत करांगा। उसके बाद पार्लीमेंट का इलैक्शन है, इतों पार्लीमेंट कांग्रेस पार्टी का कैंडिडेट जीते, ये वास्ते मैं मेहनत करांगा, यही मेरा टारगेट है। डॉक्टर वेरका कांग्रेस में जिहड़ी धड़ेबंदी है वो चिंता का विषय नहीं है कांग्रेस लई? देखो धड़ेबंदी सारिया पार्टियां च घर घर की कहानी है, इतने हर गली महल च धड़ेबंदियां होंदियां, इतने भी होणगियां, मैं तो कोई डिनाई नहीं करता ये गल्लां नूं। लेकिन मैं तुहानूं एक गल कही है कि बई ये घर दे जिहड़े मामले है गलतफहमियां है, घर च बह के असीं ठीक कर लवांगे, चिंता ना करो। लेकिन आने वाले टाइम तो तुसीं देखोगे कि हुण भी कांग्रेस पार्टी हर प्लेटफॉर्म से इकट्ठी दिखाई देती है, अगे तो भी इकट्ठी दिखाई देगी, क्योंकि पहले असी ये चीज़ों के बीच जा के असी भविख की जड़ी गलतियां है वो सबक सीखिया है, अगे असी बहुत नुकसान खा लिया,
शायद असी इदा दरकत आपो च ना करते, इदा ना लड़ते असी आपो दे विच, ते शायद कांग्रेस पार्टी नू लोग जड़े है वो चुनना चाहते सी। लेकिन कांग्रेस पार्टी के कुछ कारकुन जड़े सीगे वो ही आपो च लड़ रहे सीगे। ये दुखांत सीगा मैं समझना कांग्रेस पार्टी लई। ये असी ये भविख दी गलतियां तो सबक सीखांगे और सीखिया है। तुसी नाम लैण तो बहुत ग्रेज कर दे हो डॉक्टर वेरका, पर फिर भी मैं कोशिश करूँगा तुसी नाम लैके दस दो तां वी किंदी गलती करके कांग्रेस है पंजाब विच हार गई जां दूजे नंबर ते आई। मैं तां ये नहीं कहिंदा कि मैं तां ये कहना है कि कलैक्टरल जिम्मेदारी सारियां दी हैगी है, हार और जित दे विच सब दी जिम्मेदारी हुंदी है। लेकिन मैं तुहानूं ये गल कही है कि ये तां सारे लोगों नूं पता ही है भी कित्थे कित्थे गलती सी, कि गलती सी, की गलती सी। लेकिन क्योंकि ये हुण वो जमाना बीत गया जिन्हों कहते छोड़ो कल की बातें, कल की बात पुरानी, नए दौर में लिखेंगे हम मिलकर नई कहानी। हुण ते ये नवे दौर दे विच दवा एक 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 पुरानी गल कर लवां, एक पुरानी गल कर लवां तुहाडी इजाजत नाल। हाँ जी, ये गलती माझे तो हुई है या मालवे तो हुई है? मैं ये गल कह नहीं कहता मालवे तो हुई है, दुआबे तो हुई है, माझे तो हुई है। लेकिन मैं ये गल कहना है कि ये गलती हैगी सी, वो गलती सारे शामिल है उहदे विच। इंडिया अलायंस की वजह करके डॉक्टर राजकुमार वेरका नूं अपना फैसला पलटना पिया ते वो वापस कांग्रेस विच आए? नहीं, ये कारण नहीं है। मेरा कारण तो बड़ा साधारण है, केपी साधारण कारण यह है कि भई राहुल जी इत्थे आए अंबरसर, तुहानूं भी सारिआं नूं पता है ना, उन्होंने मैनूं आदेश जारी करता कि तुसीं अपने घर वापस आओ। मैं अपने घर वापस आ गया, गल दो लाइनां दी है, तीसरी इहदे विच ना अंदर दी गल ना बाहर दी गल। ते सारी कांग्रेस दे कहिंदी सी उहनां दी निजी फेरी है, निजी उहनां दा दौरा है, ते उह गुरू घर आए आ, इस तों इलावा कुछ नहीं। तुसीं कह रहे हो कि उहनां ने तुहानूं वापसी दे आदेश दित्ते आ डॉक्टर वेरका? लेकिन लेकिन यदा मतलब ये तो नहीं है कि जिस वक्त वो जा रहे थे वापस, जो उन्होंने कंप्लीट कर लिया कि समझे, यदा मतलब ये नहीं है क्योंकि अपने काम नूं किते फोन नहीं करनगे या अपने काम नूं किते देखनगे नहीं, ये तो नहीं कुछ लिखा है। लेकिन यह कि वो कोई राजनीति गल नहीं, वो किसी राजनीति आदमी का दखल नहीं, वो राजनीतिक आदमी का कोई रोल नहीं, ये कोई शक नहीं। उन्होंने जितों तक उन्होंने धार्मिक फेरी से सवाल है, इस धार्मिक फेरी के किसी का कोई दखल नहीं और उनका अपना ही फैसला। डॉक्टर राजकुमार वेरका, कांग्रेस ने जिहड़े भाईचारे तुसी नुमाइंदगी करते हो, उस भाईचारे नूं कांग्रेस ने हुण तक की कुछ दिता सर? देखो सब तो वड्डी गल इह है कि भाई आपसी संतुलन बना के रखना, भाई गैर बराबरी जिहड़ी सारे देश दे विच समाजां दे विच है, जिहनूं लैके सारा देश चिंता दे विच रहा है, कांग्रेस पार्टी हमेशा ही सारे नूं जोड़ के चलन च विश्वास रखती है, सब दे नूं लै के चल के विश्वास दे नाल वो सब नूं बनदा अधिकार हक देन च विश्वास रखती है। इस गल का कारण है कि सारे समाजां नूं उन्होंने बराबरी का हक दे के प्रोपर इज्जत मान सन्मान दिता सीगा और हुण भी अगे तो देंगे, ये मैनूं यकीन है। फ्यूचर पॉलिटिक्स दे विच आम आदमी पार्टी नाल कांग्रेस कह रही असी पंजाब विच नहीं जाणागा, डॉक्टर राजकुमार वेरका दी भी उही लाइन है जां नवजोत सिंह सिद्धू वांगू सोचदे हो तुसी? जिहड़ा ओह समझौता है ये उपर वालिआं ने समझौता करना है, उपर वालिआं ने समझौता कीता है, लेकिन जो उहनां दा समझौता होएगा, जो उहनां दा फैसला होएगा, एक सिपाही दे नाते मेरा ड्यूटी बनती है कि उसके हुक्म नूं मनूंगा मैं। डॉक्टर राजकुमार वेरका, जो तुसी कांग्रेस च वापसी का फैसला किया, पार्टी के किहड़े लीडर ने कहा डॉक्टर वेरका कि तुसी थोड़ा जिहा देरी करती जां हुण तुसी ना आओ, कांग्रेस विच उहो जिही स्थिति नहीं हैगी, पर डॉक्टर वेरका कहिंदे नहीं मैं आउणा ही आउणा वापस, इहो जिही कोई गलबात होई है सर? नहीं, मैनूं किसे ने कुछ नहीं किया कदी भी इस मामले दे अंदर कि तुसी देरी करती कि नहीं देरी करती। लेकिन सब ने यह किया देर आए दुरुस्त आए, तुसी आए हो, यही सब तो वड्डी गल है कि तुसी अपने आप नूं महसूस किया है और खुले मन दे नाल तुसी स्वीकार किया है और तुसी पार्टी नूं स्वीकार किया है, पार्टी तुहानूं स्वीकार कर रही है। एक आखिरी सवाल कर रहा डॉक्टर वेरका, तुहानूं इह लगदा कि तुहाडी वफादारी ते सवाल नहीं उठणगे?
मेरी वफादारी का सवाल है, मेरी वफादारी दाग है, ये सच है। शायद मैनू उन्हें धोन वास्ते या उन्होंने साबित करने वास्ते जमाने लगनगे, ये सच है मेरे को, मेरे वास्ते कि ये कोई ईजी मैथड नहीं है। ये इस गल मैं बड़ी भली भांति समझ रहा है, लेकिन मेरी कोशिश होएगी कि मैं उस फर्जा की अदायगी कर सकता, ये कोशिश करांगा मैं। चलो आखिरी मौका डॉक्टर वेरका तुहानू दे रहे हैं, कोई सवाल नहीं, तुसी कुछ कहना चाहुंदे कह सकदे हो। नहीं बस यही है, धन्यवाद तुहाडा सारे दर्शकों का, तुहाडा सारे चैनल वालों का। मैं तो ये गल कह कहांगा कि आओ सारे मिलके देश की एकता अखंडता देश की भलाई वास्ते सारे जन लोग सोचिए। ये जिहड़ी जिहड़ा जिहड़े हुण फिरकियां च गुटा च धर्मां मजहबां की राजनीति के अंदर ये जिहड़े लोग जा रहे हैं, इन्हां दा मुंह तोड़ जवाब देने वास्ते सानूं सारे देश के लोगों ने इकट्ठा रहना चाहिए। चलो डॉक्टर राजकुमार वेरका, तुसीं वक्त कढ़िया, तुहाडा बहुत धन्यवाद सर। बहुत मेहरबानी तुहाडी, बहुत धन्यवाद तुहाडा। ਇਹ ਸਨ ਡਾਕਟਰ ਰਾਜਕੁਮਾਰ ਵੇਰਕਾ, ਜਿਨ੍ਹਾਂ ਨੇ ਇਹ ਸਪਸ਼ਟ ਕੀਤਾ ਕਿ ਉਹ ਕਾਂਗਰਸ ਵਿੱਚ ਵਾਪਸ ਕਿਉਂ ਆਏ ਆ। ਰਾਹੁਲ ਗਾਂਧੀ ਨੇ ਉਹਨਾਂ ਨੂੰ ਕਿਹਾ ਸੀਗਾ ਇਸ ਲਈ ਵਾਪਸ ਆਏ, ਉਹ ਕਹਿੰਦੇ ਮੇਰਾ ਮਨ ਨਹੀਂ ਉੱਧਰ ਲੱਗਿਆ ਇਸ ਲਈ ਵਾਪਸ ਆਇਆ। ਉਹ ਸਿੱਧੇ ਤੌਰ 'ਤੇ ਕਿਸੇ ਵੀ ਨੇਤਾ 'ਤੇ ਇਲਜ਼ਾਮ ਲਾਉਣ ਵਾਲੇ ਲੀਡਰਾਂ ਵਿੱਚ ਨਹੀਂ ਮੰਨੇ ਜਾਂਦੇ, ਅਤੇ ਡਾਕਟਰ ਰਾਜਕੁਮਾਰ ਵੇਰਕਾ ਨੇ ਅੱਜ ਵੀ ਉਸੇ ਹਿਸਾਬ ਨਾਲ ਹੀ ਆਪਣੇ ਜਵਾਬ ਦਿੱਤੇ ਆ। 4 ਵਾਰ ਦੇ ਵਿਧਾਇਕ ਰਹੇ, ਸਾਬਕਾ ਕੈਬਨਿਟ ਮੰਤਰੀ ਰਹੇ ਡਾਕਟਰ ਰਾਜਕੁਮਾਰ ਵੇਰਕਾ ਦੇ ਕੋਲੋਂ ਜਿਹੜੇ ਸਵਾਲ ਅਸੀਂ ਲਿੱਤੇ ਆ, ਤੁਹਾਨੂੰ ਕਿਸ ਤਰ੍ਹਾਂ ਲੱਗੇ, ਉਹ ਇੰਟਰਵਿਊ ਕਿਸ ਤਰ੍ਹਾਂ ਲੱਗੀ, ਤੁਹਾਡੀ ਫੀਡਬੈਕ ਦਾ ਅਸੀਂ ਇੰਤਜ਼ਾਰ ਕਰਦੇ ਰਹਿੰਦੇ। ਬਹੁਤ ਧੰਨਵਾਦ।